ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਗਣਿਤੀ ਕਿਤਾਬ ਦਾ ਪਾਠ 6ਵਾਂ ਵਰਗ ਅਤੇ ਵਰਗਮੂਲ ਉਸ ਦਾ ਅਭਿਆਸ ਨੰਬਰ 6.4 ਤੇ ਉਸ ਦਾ ਪਹਿਲਾ ਸਵਾਲ ਤੇ ਉਹਦੇ 1 ਤੋਂ ਲੈ ਕੇ 12 ਤੱਕ ਭਾਗ ਨੇ ਸੋ ਤੁਸੀਂ ਨੋਟਬੁੱਕ ਅਤੇ ਪੈਨ ਲੈ ਕੇ ਆਪਣੇ ਸਾਰੇ ਹੱਲ ਉਤਾਰ ਲਓ ਤੇ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਅਤੇ ਸੁਣੋ ਤੇ ਮਗਰੋਂ ਦੀ ਸਾਰੇ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਤੁਸੀਂ ਜ਼ਰੂਰ ਕਰਨਾ ਹੈ ਆਓ ਸ਼ੁਰੂ ਕਰੀਏ ਸੋ ਬੱਚਿਓ ਇਹ ਸਵਾਲ ਹੈ 8 ਲਿਖੀਆਂ ਸੰਖਿਆਵਾਂ ਦਾ ਵਰਗਮੂਲ ਵੰਡ ਵਿਧੀ ਦੁਆਰਾ ਪਤਾ ਕਰੋ ਸੋ ਬੱਚਿਓ ਸਾਰੇ ਸਵਾਲ ਇਕੋ ਜਿਹੇ ਨੇ ਪਰ ਤੁਸੀਂ ਇਕੋ ਜਿਹਾ ਸਮਝ ਕੇ ਇਹ ਨਹੀਂ ਕਰਨਾ ਭੀ ਇੱਕ ਦੋ ਸਵਾਲ ਕਰ ਲੇ ਤੇ ਪੱਕੇ ਛੱਡ ਦੇਵੋ ਇਹ ਇੰਨੀ ਸੰਖਿਆਵਾਂ ਦੇਣ ਦਾ ਮਤਲਬ ਹੈ ਵੇਖੀ ਤੁਹਾਡਾ ਅਭਿਆਸ ਚੰਗੀ ਤਰ੍ਹਾਂ ਪੱਕ ਜਾਏ ਸੋ ਇਹ ਸਾਰੇ ਸਵਾਲਾਂ ਨੂੰ ਤੁਸੀਂ ਕਰਨਾ ਹੈ ਕਿਉਂਕਿ ਹਰ ਸਵਾਲ ਇੱਕ ਦੂਜੇ ਤੋਂ ਕਿਤਨਾ ਕਿਤੇ ਕਿਸੇ ਨਾ ਕਿਸੇ ਢੰਗ ਨਾਲ ਥੋੜਾ ਬਹੁਤ ਵੱਖਰਾ ਜ਼ਰੂਰ ਹੋਏਗਾ ਤੇ ਤੁਸੀਂ ਸਾਰੇ ਸਵਾਲਾਂ ਨੂੰ ਕਰਨਾ ਹੈ ਤੇ ਮੈਂ ਇੱਕ ਇੱਕ ਸਵਾਲ ਕਰਾਂਗਾ ਤੇ ਉੱਚ ਅਸੀਂ ਦੇਖੋਗੇ ਇਹ ਬੜੀ ਵੰਡਵੀਂ ਦੀ ਬੜੀ ਸੌਖੀ ਹੈਗੀ ਹੈ ਠੀਕ ਹੈ ਕੋਈ ਔਖੀ ਨਹੀਂ ਹੈਗੀ ਪਰ ਤੁਸੀਂ ਇੱਕ ਵਾਰੀ ਸਵਾਲ ਹੈ ਸਾਰੇ ਆਪਣੇ ਆਪ ਜ਼ਰੂਰ ਕਰ ਲੈਣੇ ਸੋ ਪਹਿਲਾ ਸਵਾਲ ਹੈ ਬੱਚੋ 2304 ਦਾ ਵਰਗਮੂਲ ਸੋ ਇੱਥੇ 2304 ਪਹਿਲੇ ਲਿਖ ਲੈਣਾ ਤੇ ਇਹਨੂੰ ਇਦਾਂ ਕਰਕੇ ਪੁੱਠਾ ਇਹਦੇ ਦਾ ਬਣਾ ਲੈਣਾ ਠੀਕ ਹੈ ਤੇ ਸੱਜੇ ਪਾਸੇ ਤੋਂ ਜੋੜੇ ਬਣਾਣੇ ਨੇ ਸੱਜੇ ਪਾਸੇ ਇੱਕ ਦੋ ਛੜਿਆ ਅੰਕ ਤੇ ਇੱਥੇ ਕੌਮਾ ਲਗਾ ਦਿੱਤਾ ਤੇ ਇੱਥੇ ਭਾਵੇਂ ਦੋ ਰੈਜ ਨੂੰ ਭਾਵੇਂ ਇੱਕ ਰੈਜ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਹੁਣ ਤੁਸੀਂ ਇੱਥੋਂ ਦੀ ਸ਼ੁਰੂ ਕਰਨਾ ਹੈ ਜਿੱਦਾਂ ਮੈਂ 4 ਤੋਂ ਸ਼ੁਰੂ ਕੀਤਾ ਤੁਸੀਂ ਆਪਣੇ ਮਨ ਦੇ ਵਿੱਚ ਵਰਗ ਦੀ ਗਿਣਤੀ ਕਰਨੀ ਹੈ 1 1 ਬਿਕ 2 2 4 3 3 9 4 4 16 5 5 25 ਹੁਣ 25 ਜਿਹੜਾ ਬੱਚਿਓ ਉਹ 23 ਤੋਂ ਵੱਡਾ ਹੈ ਸੋ ਅਸੀਂ ਪਾਣੀ ਨੂੰ ਛੱਡ ਦਾਂਗੇ ਤੇ ਉਸ ਤੋਂ ਪਹਿਲਾਂ ਜਿਹੜਾ ਹੈਗਾ 4 ਹੈਗਾ 4 ਚੋਕ 16 ਇਦਾਂ ਕਰਾਂਗੇ ਸੋ 16 ਕਰ ਲਿਆ 23 ਚੋਂ 16 ਗਿਆ 7 ਠੀਕ ਹੈ 7 ਬਾਕੀ ਆ ਗਿਆ ਤੇ ਉਹ ਦੋ ਜਿਹੜੇ 0 ਔਰ 4 ਨੇ ਇਕੱਠੇ ਹੁਣਾਣੇ ਨੇ ਥੱਲੇ ਆਮ ਜਿਹੜੀ ਅਸੀਂ ਭਾਗ ਕਰਦੇ ਹਾਂ ਉਹ ਚ ਅਸੀਂ ਇੱਕ ਇੱਕ ਅੰਕ ਉਤਾਰਦੇ ਹਾਂ ਪਰ ਵਰਗਮੂਲ ਦੇ ਵਿੱਚ ਦੋਨੋਂ ਦੋ ਜੁੜੇ ਮਨ ਲਈ ਇੱਕ ਜੋੜਾ ਉਤਾਰਨਾ ਅਰਥਾਤ ਦੋਵਾਂ ਇਕੱਠੇ ਉਤਾਰਨੇ ਨੇ 0 4 ਇਕੱਠੇ ਉਤਾਰ ਲਏ 7 4 ਇੱਕ ਫਰਕ ਤੇ ਹੈਗਾ ਇਹਦੀ ਸਧਾਰਨ ਭਾਗ ਨਾਲੋਂ ਤੇ ਦੂਜਾ ਫਰਕ ਹੈਗਾ ਕਿ ਜਿਹੜਾ 4 ਹੈ ਨਾ ਬੱਚੇ ਉਹ ਇਹ ਵਾਲਾ ਇਹਦਾ ਅਸੀਂ ਦੁਗਣਾ ਕਰ ਦੇਣਾ ਹੈ 8 ਇੱਕ ਮੈਂ ਰੰਗ ਵੀ ਕਰ ਦਿੱਤਾ ਇਹਦਾ ਲਾਲ 4 ਦਾ ਗਣ ਦੇਣਾ 8 8 ਜਿਹੜਾ ਥੋੜਾ ਖੱਬੇ ਪਾਸੇ ਕਰਕੇ ਲਿਖਣਾ ਹੈ ਤਾਂ ਕਿ ਇੱਥੇ ਲਈ ਮੈਨੂੰ ਕੋਈ ਅੰਕ ਲਿਖਣ ਲਈ ਥਾਂ ਮਿਲ ਜਾਵੇ ਸੋ ਜਿੰਨਾ ਇੱਥੇ 4 ਤੁਸੀਂ ਪਹਿਲੇ ਇੱਥੇ ਵਰਤਿਆ ਸੀ 4 ਦਾ ਦੁਗਣਾ ਕਰ ਦੇਣਾ 8 ਹੁਣ ਅਗਲਾ ਹਿੱਸਾ ਬੱਚਿਓ ਕੀ ਹੈ ਜਿਹੜੇ ਇਦਾਂ ਲਿਖ ਲਿਆ 8 ਲਿਖ ਲਿਆ ਤੇ ਹਲੇ ਇਹਨੂੰ ਛੱਡ ਦੋ 8 8 ਨੂੰ ਹੈ ਤੁਸੀਂ ਬੰਨ ਇੱਥੇ ਧਿਆਨ ਦੇਣਾ ਇੱਥੇ 704 ਤੇ ਹੁਣ ਬੱਚਿਓ ਅਖੀਰ ਵਿੱਚ 4 ਹੈਗਾ ਤੇ ਇਹ ਸੰਖਿਆ ਜਿਹੜੀਆਂ ਹੈਗੀਆਂ ਪੂਰਨ ਵਰਗ ਹੈਗੀਆਂ ਨੇ ਇਹ ਸਾਨੂੰ ਪਤਾ ਹੈ ਕਿ ਜਿਹੜਾ ਬਾਕੀ ਹੈ ਨਾ ਇਹਨਾਂ ਦਾ ਉਹ 0 ਆਏਗਾ ਸਾਰੀਆਂ ਸੰਖਿਆਵਾਂ ਦਾ ਪੂਰਨ ਵਰਗ ਨੇ ਸੋ ਹੁਣ ਬੱਚਿਓ ਮੈਨੂੰ ਇਹ ਪਤਾ ਹੈ ਕਿ 4 ਜਿਹੜਾ ਹੈ ਮੈਨੂੰ ਅਖੀਰ ਤੇ ਇਕਾਈਆਂ ਕਿਤੇ 4 ਕਦੋਂ ਮਿਲਦਾ ਹੈ ਜੇ 2 2 4 ਹੋਵੇ ਜਾਂ 8 8 64 ਹੋਵੇ ਇਹ ਕੋ 4 ਤੇ 4 ਇਹਦਾ ਮਤਲਬ ਹੈ ਵੀ ਕਿ ਇੱਥੇ ਜਿਹੜਾ ਹੈ ਨਾ ਇਹ 88 ਇੱਥੇ ਆ ਦੋ ਆ ਸਕਦਾ ਹੈ ਜਾਂ ਅੱਠ ਆ ਸਕਦਾ ਹੈ ਹੋਰ ਕੁਝ ਨਹੀਂ ਆ ਸਕਦਾ ਸੋ ਪਹਿਲੇ ਮੈਂ ਦੋ ਨਾਲ ਕੋਸ਼ਿਸ਼ ਕਰ ਲਾਂਗਾ ਜਿਹੜੀ ਸਭ ਤੋਂ ਛੋਟੀ ਸੰਖਿਆ ਹੈ ਤੇ ਮੈਂ ਇਹਨਾਂ 2 2 4 ਜਿਵੇਂ ਦੋ ਲਿਖਾਂਗਾ 82 ਨੂੰ ਦੋ ਨਾਲ ਗੁਣਾ ਕਰਨਾ ਹੈ ਮੈਂ ਇੱਥੇ ਵੀ ਦੋ ਲਿਖਾਂਗਾ ਇੱਥੇ ਵੀ ਦੋ ਲਿਖਾਂਗਾ ਤੇ ਦੋਨਾਂ ਨੂੰ ਗੁਣਾ ਕਰਨਾ ਹੈ 2 2 4 2 8 ਸੁਣਾ ਤੇ ਬਹੁਤ ਛੋਟਾ ਹੈ ਤੇ ਮੈਂ ਸਿੱਧਾ 2 ਤੋਂ ਬਾਅਦ 3 4 5 ਮੈਨੂੰ ਕਰਨ ਦੀ ਲੋੜ ਨਹੀਂ ਮੈਂ ਸਿੱਧਾ 8 ਤੇ ਜਾਵਾਂਗਾ ਤੇ ਮੈਂ ਕਹਾਂਗਾ 8 8 64 6 ਹਾਂਸੇਲ 88 64 ਔਰ 6 70 ਆ ਗਿਆ ਸੋ 48 ਜਿਹੜਾ ਹੈ ਇਹ 48 ਜਿਹੜਾ ਹੈ ਇਹ 2304 ਦਾ ਵਰਗਮੂਲ ਆ ਗਿਆ 48 ਇਦਾਂ ਕਰਨਾ ਹੈ ਅਗਲਾ ਦੇਖੀ ਸਵਾਲ 4499 ਹੁਣ 1 2 ਇੱਥੇ ਛੱਡੇ ਕੌਣ ਪਾ ਲਿਆ ਤੇ ਹੁਣ 44 ਨੂੰ ਦੇਖਣਾ ਹੈ ਤੇ ਮੈਂ ਦੇਖਦਾ ਸਭ ਤੋਂ ਸਤ 99 99 44 ਤੋਂ ਵੱਡਾ ਹੈ ਸੋ ਮੈਂ 6 ਤੇ ਜਾਵਾਂਗਾ ਉਤੋਂ ਪਹਿਲੇ ਤੇ 6 6 36 44 ਜੋ 36 ਗਿਆ 8 ਤੇ 8 ਔਰ 9 ਮੈਂ ਥੱਲੇ ਲਾ ਲਿਆ ਠੀਕ ਹੈ ਇੱਥੇ ਤੱਕ ਹੋ ਗਿਆ ਕੰਮ ਹੁਣ ਮੈਂ ਜਿਹੜਾ 6 ਇੱਥੇ ਸੀ ਇਹਦਾ ਮੈਂ ਦੁਗਣਾ ਕੀਤਾ 12 12 ਲਿਖ ਲਿਆ ਹੁਣ ਬੱਚਿਓ ਇੱਥੇ 9 ਹੈ 9 ਲੈਂਡ ਲਈ ਮੈਨੂੰ ਕੀ ਕਰਨਾ ਪਏਗਾ ਕਿਉਂਕਿ ਇਹ ਵਰਗ ਦੇ ਸਵਾਲ ਨੇ ਜਿਹੜੀ ਜਿਹੜਾ ਅੰਕ ਹੈ ਉਹਨੂੰ ਉਸੇ ਅੰਕ ਨਾਲ ਬਣਾ ਕਰਨਾ 3 3 ਨਾਲ 9 ਕਰਾਂ ਤੇ ਜੇ ਮੈਂ ਇਹਦੇ 23 ਕਰ ਦਾਂ ਤੇ 123 ਕਰ ਦਾਂ ਤੇ 123 ਨੂੰ 3 ਨਾਲ 3 9 3 ਨਾਲ 6 3 ਨਾਲ ਕਰ ਤੇ ਮਗਲ ਨਹੀਂ ਬਣਦੀ ਤੇ ਦੂਜਾ ਨੰਬਰ ਨੂੰ ਆਂਦਾ 7 ਨਾਲ ਗੁਣਾ ਕਰਕੇ 7 ਨਾਲ 7 ਨਾਲ ਗੁਣਾ ਕਰੋ 7 7 49 ਤੋਂ ਮੈਂ ਇੱਥੇ 7 ਲਿਖਿਆ ਤੇ ਇੱਥੇ 7 ਲਿਖਿਆ ਤੋਂ 7 7 49 7 2 14 4 18 7 9 63 8 7 56 890 0 ਆ ਗਿਆ ਬਾਕੀ ਤੇ 4499 ਦਾ ਵਰਗਮੂਲ ਹੋ ਗਿਆ ਇਹ ਵਾਲਾ ਤੁਹਾਡਾ 67 ਕਿੰਨਾ ਸੌਖਾ ਹੈ ਬੱਚਿਓ ਬੜੇ ਸਵਾਲ ਜਰੂਰ ਆਣਗੇ ਤੇ ਤੁਸੀਂ ਇਹ ਸਾਰਿਆਂ ਦਾ ਅਭਿਆਸ ਕਰਨਾ ਤੇ ਪੂਰੇ ਵੱਡਾ ਪੂਰੇ ਨੰਬਰ ਫਿਰ ਦੇਖੋ 3481 ਆ ਗਿਆ ਠੀਕ ਹੈ ਮੈਂ ਜਿੱਦਣਾ 6 6 36 34 ਤੋਂ ਟੱਪਦਾ ਹੈ ਸੋ 5 5 25 ਠੀਕ ਹੈ 34 5 9 ਤੇ 81 ਮੈਂ ਥੱਲੇ ਉਤਾਰ ਲਿਆ ਫਿਰ ਮੈਂ ਕੀਤਾ 5 ਦਾ ਦੁਗਣਾ ਕੀਤਾ 10 ਇੱਥੇ ਥਾਂ ਛੱਡ ਦੇਣੀ ਹੈ ਥੋੜੀ ਜੀ ਹੁਣ ਮੈਨੂੰ ਇੱਕ ਚਾਹੀਦਾ ਹੈ 1 ਨੂੰ 1 ਨਾਲ ਗੁਣਾ ਕਰਾਂ ਤਾਂ 1 ਆਂਦਾ ਜਾਂ 9 ਨੂੰ 9 ਨਾਲ ਗੁਣਾ ਕਰਾਂ 81 ਤਾਂ ਇਕਾਈਆਂ ਕਿ 1 ਆਂਦਾ ਠੀਕ ਹੈ ਹੁਣ ਜਿਵੇਂ 1 ਕਰਦਾ 101 ਨੂੰ 1 ਨਾਲ ਗੁਣਾ ਕਰਾਂਗਾ ਤਾਂ 101 ਆਏਗਾ ਗੱਲ ਬਣਦੀ ਨਹੀਂ ਤਾਂ ਸਿੱਧਾ ਮੈਂ 1 ਤੋਂ ਬਾਅਦ 9 ਤੇ ਜਾਵਾਂਗਾ 9 9 ਨੂੰ 109 ਨੂੰ ਜਿਹੜੇ 9 ਨਾਲ ਗੁਣਾ ਕੀਤਾ 9 81 ਤੇ 0 ਦੇ ਵਿੱਚ ਹਾਸਲ ਜੁੜ ਗਿਆ 8 ਤੇ 919 ਜਵਾਬ ਆ ਗਿਆ 3481 ਦਾ ਵਰਗਮੂਲ ਆ ਗਿਆ 59 ਚਲੋ ਜੀ ਹੋ ਗਿਆ ਅਗਲਾ ਸਵਾਲ ਹੁਣ ਆ ਗਿਆ 529 ਹੁਣ ਦੇਖੋ ਬੱਚੇ ਇੱਥੇ ਇੱਕ ਅੰਕ ਰਹਿ ਗਿਆ ਮੈਂ 1 2 29 ਦੋ ਅੰਕ ਲੈ ਇੱਥੇ ਘੋਵਾ ਪਤਾ ਤੇ ਇੱਥੇ ਇੱਕ ਰਹਿ ਗਿਆ ਮੈਨੂੰ ਕੋਈ ਫਰਕ ਨਹੀਂ ਪੈਂਦਾ 1 1 1 2 2 2 4 3 3 9 9 ਪੰਜ ਤੋਂ ਟੱਪਦਾ ਹੈ ਜੋ ਤਿੰਨ ਤੋਂ ਪਹਿਲੇ 2 ਸੋ 2 ਦਾ ਵਰਗ ਕਰਾਂਗਾ 2 2 4 ਅੰਚੋਂ 4 ਗਿਆ 1 29 ਥੱਲੇ ਲਾ ਲਿਆ ਜੋੜਿਆ ਚਲਾਣਾ ਠੀਕ ਹੈ ਹੁਣ 2 ਦਾ ਦੁਗਣਾ ਕਰਤਾ 4 ਹੁਣ ਇੱਥੇ ਆ ਗਿਆ 9 ਤੇ 9 ਮੈਨੂੰ ਕਿੱਦਾਂ ਮਿਲਦਾ 3 3 ਦੇ ਨਾਲ ਤੇ 7 7 ਦੇ ਨਾਲ ਠੀਕ ਹੈ ਤੇ ਮੈਂ ਜਿਹੜੇ 3 ਗੁਣਾ ਕਰਕੇ ਦੇਖਿਆ ਪਹਿਲਾਂ ਮੈਂ ਛੋਟੇ ਅੰਕਾਂ ਦਾ ਗੁਣਾ ਕਰਨਾ 3 ਨਾਲ ਗੁਣਾ ਕੀਤਾ ਸੋ 33 ਹੈ 9 ਤਿੰਨ ਚੋਗਵਾਰੇ ਆ ਗਿਆ ਸੋ 529 ਦਾ ਵਰਗਮੂਲ ਹੋ ਗਿਆ ਇਹ 23 ਕਿੰਨਾ ਸੌਖਾ ਬੱਚਿਓ ਠੀਕ ਹੈ ਸੋ ਕਈ ਵਾਰ ਕੀ ਹੁੰਦਾ ਬੱਚਿਓ ਅਸੀਂ ਸਵਾਲ ਦਾ ਯਤਨ ਹੀ ਨਹੀਂ ਕਰਦੇ ਇੱਕ ਵਾਰ ਵੀ ਨਹੀਂ ਕਰਦੇ ਜੇ ਸਵਾਲ ਤੁਸੀਂ 12 ਦੇ 12 ਕਰ ਲਓ ਸਾਰੀ ਉਮਰ ਲਈ ਵੰਡ ਵਿਧੀ ਜਿਹੜੀ ਵਰਗਮੂਲ ਕੱਢਣੀ ਤੁਹਾਨੂੰ ਕਦੀ ਨਹੀਂ ਭੁੱਲੇਗੀ ਇਹ ਮੇਰਾ ਦਾਅਵਾ ਹੈ ਠੀਕ ਹੈ ਪਰ ਸਾਰੇ 12 ਦੇ 12 ਸਵਾਲਾਂ ਨੂੰ ਤੁਸੀਂ ਬਿਨਾਂ ਦੇਖੇ ਆਪਣੇ ਆਪ ਕਰਨਾ ਹੈ ਮਲਕੀ ਇਹਦੇ ਹੱਲ ਜੋ ਮੈਂ ਕੀਤੇ ਨੇ ਇਹਨਾਂ ਨੂੰ ਦੇਖ ਲਓ ਸੁਣ ਲਓ ਇੱਕ ਵਾਰੀ ਚੰਗੀ ਤਰ੍ਹਾਂ ਸਮਝ ਲਓ ਇਹ ਹਾਲ ਉਤਾਰ ਵੀ ਲੋਕ ਦਾ ਕੀਤੇ ਹੋਏ ਪਰ ਬਾਅਦ ਚ ਇੱਕ ਵਾਰੀ ਕਰ ਲਓ ਕਿੰਨਾ ਧਿਰ ਲੱਗੇਗੀ ਨੂੰ ਲੱਗਦਾ ਹੈ 15-20 ਮਿੰਟ ਦੇ ਵਿੱਚ ਇਹ ਸਾਰੇ ਸਵਾਲ ਹੋ ਜਾਣਗੇ ਠੀਕ ਹੈ ਹੁਣ 3249 ਸੋ 49 ਛੱਡ ਕੇ ਇੱਥੇ ਕਮਾ ਪਾਇਆ ਸੋ 66 36 32 ਦੇ ਉੱਪਰ ਜਾਂਦਾ ਤਾਂ 6 ਤੋਂ ਪਹਿਲਾਂ 5 5 ਨੂੰ 5 25 ਠੀਕ ਹੈ 32 ਚੋਂ 5 ਗਿਆ 7 ਤੇ ਉਹਨੇ ਜਿਆ ਥੱਲੇ ਲਾ ਲਿਆ ਇੱਥੇ ਤਾਂ ਕੰਮ ਹੋ ਗਿਆ ਹੁਣ 5 ਦਾ ਦੁਗਣਾ ਕੀਤਾ 10 ਇੱਥੋਂ ਥਾਂ ਛੱਡ ਕੇ ਇੱਕ ਅੰਕਲੀ ਥਾਂ ਛੱਡਣੀ ਹੈ 5 ਦਾ ਦੁਗਣਾ ਕੀਤਾ 10 ਤੇ ਹੁਣ ਇੱਥੇ ਆ ਗਿਆ 9 9 ਮੈਨੂੰ ਕਿੱਦਾਂ ਮਿਲਿਆ 3 3 ਦੇ ਨਾਲ ਤੇ ਜਾਂ 7 7 ਦੇ ਨਾਲ ਹੁੰਦਾ ਸਮਝ ਲਈ 3 ਦੇ ਨਾਲ ਕੀਤਾ ਤੇ 33 ਆ 9 3 1 3 ਸੋ 309 ਮਿਲਦਾ ਗੱਲ ਬਣਦੀ ਨਹੀਂ ਫਿਰ ਮੈਂ 7 ਨਾਲ ਕੀਤਾ 7749 4 ਹਾਸਲ 0 ਦੀ ਥਾਂ 4 ਆ ਗਿਆ ਤੇ 7 1 3 7 ਗੱਲ ਬਣ ਗਈ 3200 ਜਿਆਦਾ ਵਰਗੂ ਲਾ ਗਿਆ 57 ਜੋ ਮੇਰੇ ਕੋਲ ਇੱਥੇ ਸਿਵਾ ਠੀਕ ਹੈ ਅੱਗੇ ਚਲੀਏ ਹੁਣ ਆ ਗਿਆ ਬੱਚਿਓ 1369 ਫਿਰ ਮੈਂ 1 2 ਕਮਾ ਪਾਇਆ ਤੇ 13 ਆਇਆ ਤੇ ਮੈਂ ਦੇਖਦਾ 4 ਚੋਕ 16 ਜੋ 13 ਤੋਂ ਉੱਪਰ ਆ ਗਿਆ ਸੋ ਮੈਂ 4 ਤੋਂ ਪਹਿਲੇ ਗਿਆ 3 3 3 9 13 ਚੋਂ 9 ਗਿਆ 4 69 ਦਾ ਜੋੜਾ ਮੈਂ ਇੱਥੇ ਲਾ ਲਿਆ ਥੱਲੇ 469 ਆ ਗਿਆ ਹੁਣ ਮੈਂ 3 ਦਾ ਕੀਤਾ ਦੁਗਣਾ ਠੀਕ ਹੈ ਹੁਣ ਮੈਂ ਦੇਖਿਆ 9 ਮੈਨੂੰ ਕਦੇ ਲਈ ਮਿਲੇਗਾ 3 ਨੂੰ 3 ਨਾਲ ਗੁਣਾ ਕਰਕੇ 9 ਮਿਲੇਗਾ ਤੇ 7 7 49 ਕਰਕੇ 9 ਮਿਲੇਗਾ ਤੇ ਮੈਂ 63 ਨਾਲ ਕਰਕੇ ਦੇਖਿਆ ਗੱਲ ਬਣਦੀ ਨਹੀਂ ਤੇ ਜੇ 7 ਨਾਲ ਕਰਕੇ ਦੇਖਿਆ 67 7 7 7 49 4 ਹਾਂਸੇ ਸੱਤ 42 4 46 469 0 ਆ ਗਿਆ ਬਾਕੀ ਸੋ 1369 ਦਾ ਵਰਗ ਹੁਲ ਗਿਆ 37 ਅੱਗੇ ਚਲੀਏ ਫਿਰ ਆ ਗਿਆ ਬੱਚਿਓ 5776 ਇੱਥੇ ਕਮਾ ਪਾਇਆ 2 ਤੋਂ ਬਾਅਦ 57 ਆ ਗਿਆ ਹੁਣ ਮੇਰੇ ਤੇ 7749 ਕਿਉਂਕਿ 8864 ਤੇ 57 ਤੋਂ ਉੱਪਰ ਚਲਾ ਜਾਂਦਾ ਸੋ 7749 ਕੀਤਾ ਤੇ ਇਹ ਆ ਗਿਆ 8 57 ਚੋਂ 49 ਆ ਗਿਆ 8 ਤੇ 76 ਮੈਂ ਥੱਲੇ ਲਾਇਆ ਠੀਕ ਹੈ ਲਾ ਲਿਆ ਹੁਣ 7 ਦਾ ਦੁਗਣਾ ਕੀਤਾ 14 ਇੱਥੇ ਥਾਂ ਛੱਡ ਦਿੱਤੀ ਹੁਣ ਮੈਨੂੰ 6 ਚਾਹੀਦਾ ਹੈ ਜਾਂ ਤੇ ਮੈਂ 4 ਨੂੰ 4 ਨਾਲ ਗੁਣਾ ਕਰਾਂ 16 ਤਾਂ 6 ਆਂਦਾ ਜਾਂ 6 ਨੂੰ 6 ਨਾਲ ਗੁਣਾ ਕਰਾਂ 36 ਤੇ ਤਾਂ 6 ਆਂਦਾ ਸੋ ਮੈਂ 4 ਨਾਲ ਕੋਸ਼ਿਸ਼ ਕੀਤੀ ਤੇ ਗੱਲ ਬਣੀ ਨਹੀਂ ਤੇ ਮੈਂ 6 ਨਾਲ ਸਿੱਧੀ ਕੋਸ਼ਿਸ਼ ਕੀਤੀ ਹੁਣ ਬੱਚਿਓ ਇਹ ਵੀ ਤੁਹਾਡੇ ਸਹੂਲਤ ਲਈ ਇੱਥੇ ਲਿਖ ਦਿੱਤਾ ਹੈ ਇਹ ਤੁਸੀਂ ਦਿਮਾਗ 'ਚ ਆਪਣੇ ਚਲਾ ਸਕਦੇ ਹੋ 1 1 1 2 2 4 3 3 9 4 ਤੁਹਾਨੂੰ ਆਪੇ ਪਤਾ ਲੱਗਦਾ ਜਾਏਗਾ ਜਿਵੇਂ ਤੁਸੀਂ ਇਹ ਸਾਰੇ 12 ਸਵਾਲ ਕਰ ਲੋਗੇ ਤੁਹਾਨੂੰ ਇਹ ਗੱਲ ਸਾਰੀ ਜਵਾਨੀ ਇਹ ਸੱਜੇ ਪਾਸੇ ਲਿਖਣ ਦੀ ਲੋੜ ਨਹੀਂ ਰਹਿ ਜੀਏ ਤੁਹਾਡੇ ਦਿਮਾਗ 'ਚ ਚੱਲੇਗਾ ਠੀਕ ਹੈ ਸੋ ਜਿੱਲੇ ਮੈਂ 4 ਨਾਲ ਗੱਲ ਕੀਤਾ ਤੇ ਗੱਲ ਬਣੀ ਨਹੀਂ 144 ਨੂੰ 4 ਨਾਲ ਗੁਣਾ ਕੀਤਾ ਗੱਲ ਬਣੀ ਨਹੀਂ 146 ਨੂੰ 146 ਨੂੰ 6 ਨਾਲ ਗੁਣਾ ਕੀਤਾ 6 ਗੁਣਾ 196 6 6 36 ਤੇ ਅੰਕਲ 6 ਚ 24 ਤੇ 27 ਦੋ ਅੰਕਲ 6 ਕਮ 6 28 ਗੱਲ ਬਣ ਗਈ 5776 ਦਾ ਵਰਗਮੂਲ ਆ ਗਿਆ ਹੈ ਬੜਾ 76 ਅੱਗੇ ਚਲੀਏ 8ਵਾਂ ਸਵਾਲ 7921 ਠੀਕ ਹੈ ਫਿਰ ਇੱਥੋਂ ਦੀ ਦੋ ਛੱਡ ਕੇ ਕਮਾ ਪਾਇਆ ਤੇ ਦੇਖਿਆ 88 64 ਜੋ ਕਿ 9 81 79 ਤੋਂ ਉੱਪਰ ਚਲਾ ਜਾਂਦਾ ਹੈ ਠੀਕ ਹੈ ਸੋ ਫਿਰ ਮੈਂ ਕੀ ਕੀਤਾ ਬੱਚੋ 88 64 ਕੀਤਾ ਤੇ 9 ਚ 4 ਗਿਆ 5 ਸਾਚੋ 6 ਗਿਆ 1 ਹੁਣ ਦੇਖੋ ਜਿਹੜਾ ਬਾਕੀ ਆਇਆ 2 ਅੰਕਾਂ ਦਾ ਆਇਆ ਕੋਈ ਫਰਕ ਨਹੀਂ ਪੈਂਦਾ ਅਗਲਾ ਫਿਰ 21 ਉਧਾਰ ਲਿਆ 21 ਉਧਾਰ ਲਿਆ ਠੀਕ ਹੈ ਹੁਣ 8 ਦਾ 2 ਗੁਣਾ ਕੀਤਾ 16 ਠੀਕ ਹੈ ਇੱਥੇ ਥਾਂ ਛੱਡ ਦਿੱਤੀ ਮੈਨੂੰ 1 ਚਾਹੀਦਾ ਇੱਥੇ ਹੁਣ ਇੱਕ ਇਹ ਦੇਖੋ 1 ਚਾਹੀਦਾ ਇੱਥੇ 1 ਨੂੰ 1 ਨਾਲ ਗੁਣਾ ਕਰੋ ਤਾਂ ਇਹ ਕੰਦਾ 9 ਨੂੰ 9 ਨਾਲ ਗੁਣਾ 81 ਤਾਂ ਇਹ ਕੰਦਾ 1 ਨਾਲ ਜਿਹੜੇ 169 ਨੂੰ 1 ਨਾਲ ਕਰਾਂਗੇ ਤਾਂ 169 ਆਏਗਾ ਗਲਤੀ ਬਣਦੀ ਨਹੀਂ ਫਿਰ 9 ਰੱਖਿਆ ਤੇ 169 ਨੂੰ 9 ਨਾਲ ਜਿਹੜੇ ਗੁਣਾ ਕੀਤਾ 9 ਨੇ 81 8 ਹਾਂ ਸੇ 96548626 हासिल 91 का 9615 1521 ਤੇ 0 ਆ ਗਿਆ ਆਪਣਾ ਬਾਕੀ ਆ ਗਿਆ 0 ਸੋ 7921 ਦਾ ਵਰਗਮੂਲ ਹੋ ਗਿਆ 99 ਅੱਗੇ ਚਲੀਏ ਜੀ ਹੁਣ ਆ ਗਿਆ 576 ਫਿਰ ਬੱਚੋ 1 2 ਕਮਾ ਪਾਇਆ ਹੁਣ ਇੱਥੇ ਇੱਕ ਅੰਕ ਰਹਿ ਗਿਆ ਕੋਈ ਗੱਲ ਨਹੀਂ 2 2 4 ਕਿਉਂਕਿ 3 3 9 ਹੈ ਤਾਂ ਅੱਗੇ ਚਲਾ ਜਾਂਦਾ ਹੈ ਠੀਕ ਹੈ 5 ਚ ਉਤਰ ਗਿਆ 1 76 ਥੱਲੇ ਲਾਇਆ 2 ਦਾ ਦੋਣਾ ਕੀਤਾ 4 ਤੇ ਮੈਨੂੰ ਚਾਹੀਦਾ 6 15, 151, ਤੇ 4 ਚੌਕ 16 ਕਰਕੇ 16 ਆਉਂਦਾ 6 ਆਉਂਦਾ ਤੇ 6 ਚਿਕ 36 ਕਰਕੇ 6 ਆਉਂਦਾ ਸੋ ਮੈਂ 4 ਤੋਂ ਸ਼ੁਰੂ ਕੀਤਾ ਤੇ ਮੇਰਾ ਆ ਗਿਆ 4 ਚੌਕ 16 ਇੱਕ ਹਾਸਲ 4 ਚੌਕ 16 17 176 ਚੋਂ 176 ਗਿਆ 0 ਸੋ 576 ਦਾ ਵਰਗਮੂਲ ਆ ਗਿਆ 24 10ਵਾਂ ਸਵਾਲ 1024 ਫਿਰ 1 2 ਕਮਾ ਪਾਇਆ 3 3 9 10 ਚੋਂ 9 ਹੋ ਗਿਆ 1 ਇਹ ਜੋੜਾ ਥੱਲੇ ਲਾਇਆ 3 ਦਾ ਦੁਗਣਾ ਕੀਤਾ ਫੇਰ 4 ਮੈਨੂੰ ਕਿੱਦਾਂ ਮਿਲੇਗਾ ਇਹ 4 ਕਿੱਦਾਂ ਮਿਲੇਗਾ 2 2 4 ਕਰਕੇ 8 8 ਕਰਕੇ ਸੋ ਮੈਂ ਦੋਵਾਂ ਨਾਲ ਪਹਿਲੇ ਜਦਨ ਕੀਤਾ ਤੇ ਗੱਲ ਬਣ ਗਈ 2 2 4 2 6 12 ਸੋ 124 ਜੋ 124 ਗਾ 0 ਬਾਕੀ ਆ ਗਿਆ 0 ਸੋ 1024 ਦਾ ਵਰਗਮੂਲ ਹੋ ਗਿਆ ਹੈ 32 ਅੰਕੇ ਚਲਿਏ ਜੀ 11ਵਾਂ ਸਵਾਲ 3136 ਇੱਦਾਂ 1 2 ਕਮਾ ਪਾਇਆ ਤੇ 55 25 31 ਜੋ 25 ਗਾ 6 ਜੋੜਾ 36 ਦਾ ਥੱਲੇ ਲਾਇਆ 5 ਦਾ ਦੁਗਣਾ ਕੀਤਾ 10 ਇੱਥੇ ਥੋੜੀ ਛਾਂ ਛੱਡ ਥਾਂ ਛੱਡ ਦਿੱਤੀ ਸੱਜੇ ਪਾਸੇ ਤੇ ਫਿਰ ਮੈਨੂੰ 6 ਚਾਹੀਦਾ ਉਹਨ ਇੱਥੇ 636 ਦਾ ਗਾਹੀੰ 6 ਆ ਗਿਆ 4 ਚੱਕ 16 ਕਰਕੇ 6 ਮਿਲੇਗਾ 6 6 36 ਕਰਕੇ 6 ਮਿਲੇਗਾ ਸੋ 4 ਨਾਲ ਗਲ ਵਣੀ ਨਹੀਂ ਮੈਂ 6 ਨਾਲ ਕੀਤਾ 6 6 36 ਤੇ 6 1 6 36 ਦਾ ਵਰਗਮੂਲ ਆ ਗਿਆ ਹੈ 56 ਹੁਣ ਕਰੀਏ ਬੱਚਿਓ ਆਖਰੀ ਸਵਾਲ ਇਹਨੂੰ ਦੋ ਤਰੀਕਿਆਂ ਨਾਲ ਕੀਤਾ ਤੇ ਇਹ ਦੇਖ ਕੇ ਘਬਰਾਣਾ ਨਹੀਂ ਇੱਕ ਤੇ ਵਿਧੀ ਦੇ ਹਿਸਾਬ ਨਾਲ ਚਲੋ ਤਾਂ ਵੀ ਉਦਾਂ ਹੀ ਆਏਗਾ ਇਹਜਵਲ ਐਸਵਲ ਸੌਖਾ ਜਵਾਨੀ ਵੀ ਹੋ ਜਾਏਗਾ ਜਵਾਨੀ ਕਰਨ ਲਈ ਪਹਿਲੇ ਬੱਚੋ 900 ਨੂੰ ਸਿੱਧੇ ਅਸੀਂ ਜਾਣਦੇ ਹਾਂ ਜਿੱਥੇ ਸਿਫਰ ਆਉਣ ਅਸੀਂ ਉਹਨੂੰ ਜੋੜਾ ਕਰ ਸਕਦੇ ਹਾਂ 9 100 ਕਰਤਾ ਤੇ 9 ਨੂੰ 3 3 ਕਰਤਾ 100 ਨੂੰ 10 10 ਕਰਤਾ 3 3 ਦਾ 9 ਵਰਗ ਹੋ ਗਿਆ 10 10 ਦਾ 10 ਵਰਗ ਹੋ ਗਿਆ ਸੋ 3 10 ਦਾ ਸਾਰੇ ਦਾ ਵਰਗ ਹੋ ਗਿਆ ਸੋ ਵਰਗਮੂਲ ਹੋ ਗਿਆ 3 10 30 ਐ ਤੇ ਬੱਚੋ ਜਵਾਨੀ ਹੈ ਹੋ ਜਾਏਗਾ ਇਹਨੂੰ ਲਿਖਣ ਦੀ ਵੀ ਲੋੜ ਨਹੀਂ ਪਰ ਕਿਉਂਕਿ ਉਹਨਾਂ ਨੇ ਕਿਹਾ ਵੰਡ ਵਿਧੀ ਦੇ ਨਾਲ ਕਰੋ ਤੇ ਮੈਂ ਵੰਡ ਵਿਧੀ ਨਾਲ ਵੀ ਤੁਹਾਨੂੰ ਕਰਕੇ ਦਿਖਾਵਾਂਗਾ ਕਿ ਤੁਸੀਂ ਇਹ ਘਬਰਾਣਾ ਨਹੀਂ ਵੀ ਤੇ ਸਿਫਰ ਆ ਗਈ ਤੇ ਕਰੀਏ ਕੀ ਤੇ ਜਿਹੜੀ ਵਿਧੀ ਹੈ ਜੇ ਤੁਸੀਂ ਬਿਲਕੁਲ ਉਦਾਂ ਕਰੋਗੇ ਤੇ ਤੁਹਾਨੂੰ ਜਵਾਬ ਬਿਲਕੁਲ ਉਹੀ ਆਏਗਾ ਸੋ ਵੰਡ ਵਿਧੀ ਹੈ ਚਾਹੇ ਇੱਥੇ ਸਿਫਰਾਂ ਆਣ ਚਾਹੇ ਨਾ ਆਣ ਉਹ ਲਾਗੂ ਹੁੰਦੀ ਹੈ ਹੁਣ ਦੇਖੋ 900 ਹੈ ਮੈਂ ਉਦਾਂ ਹੀ ਕਰਨਾ 1 2 ਤੇ ਇੱਥੇ ਮੈਂ ਕਮਾ ਪਾਤਾ ਠੀਕ ਹੈ ਹੁਣ ਮੈਂ ਲਿਆ 3 3 9 ਠੀਕ ਹੈ 9 ਚੋਂ 9 ਗਿਆ ਸਿਫਰ ਬਾਕੀ ਆਇਆ ਕੋਈ ਗੱਲ ਨਹੀਂ ਅਸੀਂ ਕੀ ਕਰਦੇ ਸੀ ਇਥੇ ਜੋ ਬਾਕੀ ਆਂਦਾ ਸੀ ਲਿਖ ਕੇ ਫਿਰ ਅਲਾ ਜੋੜਾ ਲਾ ਲੈਂਦੇ ਸੀ ਤੇ ਜੋੜਾ ਲਾ ਲਿਆ ਹੁਣ ਸਿਫਰ ਹੈਗੇ ਨੇ ਮੈਨੂੰ ਸਿਫਰ ਕਦੋਂ ਮਿਲਦੇ ਨੇ ਬੱਚਿਓ ਸਿਫਰ ਨੂੰ ਸਿਫਰ ਨਾਲ ਗੁਣਾ ਕਰਨਾ ਸਿਫਰ ਮਿਲਦਾ ਹੈ ਸਿਫਰ ਮਿਲਦਾ ਹੈ ਸੋ ਮੈਂ ਉਦਾਂ ਹੀ ਕੀਤਾ 3 ਦਾ 3 ਦਾ ਜਿਹੜਾ ਦੋਹਣਾ ਕੀਤਾ 6 ਤੇ ਮੈਂ ਸਿਫਰ ਨਾਲ ਗੁਣਾ ਕਰਤਾ ਐਸਿਫਰ ਐਸਿਫਰ ਜਿਵੇਂ ਸਿਫਰ ਦੇ ਨਾਲ 60 ਨੂੰ ਗੁਣਾ ਕੀਤਾ ਤੇ ਸਿਫਰ ਆ ਗਿਆ ਤੇ ਸਿਫਰ ਚੋਂ ਸਿਫਰ ਗਿਆ ਸਿਫਰ ਤੇ 900 ਦਾ ਵਰਗਮੂਲ ਆ ਗਿਆ 30 ਜੋ ਇੱਥੇ ਹੈਗਾ ਸੋ ਮੈਂ ਵੰਡ ਵਿਧੀ ਨਾਲ ਵੀ ਤੁਹਾਨੂੰ ਕਰਕੇ ਦਿਖਾ ਦਿੰਦਾ ਹੈ ਇਦਾਂ ਵੀ ਕਰਕੇ ਦਿਖਾ ਦਿੱਤਾ ਜੇ ਵੰਡ ਵਿਧੀ ਨਾਲ ਕਰਨਾ ਹੈ ਦਿਖਾਣਾ ਹੈ ਦਰਸਾਉਣਾ ਹੈ ਜੀ ਉਹਨਾਂ ਨੇ ਕਿਹਾ ਕਿ ਇਹ ਵੰਡ ਵਿਧੀ ਨਾਲ ਕਰੋ ਇਹ ਤੇ ਹੈਗਾ ਜਵਾਨੀ ਤਰੀਕਾ ਜਾਂ ਹੈਗਾ ਜਿਹਨੂੰ ਕਹਿੰਦੇ ਆ ਅਪਾਜ ਗੁਨਨ ਖੰਡਨ ਦਾ ਤਰੀਕਾ ਇਹ ਵਾਲਾ ਜਿਹੜਾ ਪਰ ਜੇ ਉਹ ਕਹਣਗੇ ਵੰਡ ਵਿਧੀ ਨਾਲ ਕਰਕੇ ਦਿਖਾਓ ਦਿਖਾਓ ਤੇ ਬੱਚਿਓ ਤੁਸੀਂ ਇਦਾਂ ਕਰ ਦੇਣਾ ਤਾਂ ਕਿ ਉਹ ਇਸ ਕਰਕੇ ਇਹਨਾਂ ਨੇ ਸਵਾਲ ਪਾਇਆ 900 ਪੀ ਤੁਹਾਨੂੰ ਵੰਡ ਵਿਧੀ ਦੀ ਜਿਹੜੀ ਸਿਧਾਂਤ ਤੇ ਚੰਗੀ ਤਰ੍ਹਾਂ ਸਪਸ਼ਟ ਹੋ ਜਾਏ ਕਿ ਤੁਸੀਂ ਇਹਨਾਂ ਨੂੰ ਸੋਚੀ ਬਹਿ ਜੋ ਇਥੇ 0 0 ਆ ਗਿਆ ਉੱਲ ਅੱਗੇ ਕਿਦਾਂ ਵਧਾਈਏ ਅੱਗੇ ਕਿਦਾਂ ਕਰੀਏ ਸੋ ਜੋ ਤਰੀਕਾ ਤੁਹਾਨੂੰ ਦੱਸਿਆ ਇਹ ਚੋਂ ਇਹ ਚ ਬਾਕੀ ਕੱਢੋ ਫਿਰ ਜੋੜਾ ਥੱਲੇ ਲਾਓ ਫਿਰ ਇਹਨੂੰ ਦੁਗਣਾ ਕਰੋ ਤੇ ਫਿਰ ਉਹਨੂੰ ਇਸ ਅੰਕ ਨੂੰ ਇਹ ਜਿਹੜਾ ਅੰਕ ਲੱਗਣਾ ਹੈ ਤੇ ਇਹ ਜਿਹੜਾ ਅੰਕ ਲੱਗਣਾ ਹੈ ਇਹ ਇੱਕ ਹੋਣਾ ਚਾਹੀਦਾ ਹੈ ਤੇ ਇਹਨੂੰ ਇਹ ਸਾਰੇ ਦੇ ਨਾਲ ਗੁਣਾ ਕਰਨਾ ਹੈ ਤੇ ਉਹੀ ਚੀਜ਼ ਤੁਹਾਨੂੰ ਮਿਲੇਗੀ ਤੇ ਉਹੀ ਸਾਨੂੰ ਮਿਲ ਗਈ ਸੋ ਵੰਡ ਵਿਧੀ ਕਰਕੇ ਵੀ ਸਾਨੂੰ 900 ਦਾ ਵਰਗਮੂਲ 3 ਆਇਆ ਤੇ ਇਦਾਂ ਕਰਕੇ ਵੀ 3 ਆਇਆ ਸੋ ਐਸੀ ਪਿਆਰੇ ਵਿਦਿਆਰਥੀਓ ਟਾਡੇ 6.4 ਅਭਿਆਸ ਦੇ ਪਹਿਲੇ ਸਵਾਲ ਦੇ 12 ਭਾਗ ਤੇ ਮੇਰੀ ਫਿਰ ਤੁਹਾਨੂੰ ਪ੍ਰੇਰਨਾ ਹੈ ਕਿ ਸਾਰੇ ਸਵਾਲਾਂ ਨੂੰ ਤੁਸੀਂ ਬਿਨਾਂ ਦੇਖੇ ਆਪਣੇ ਆਪ ਜ਼ਰੂਰ ਕਰਨਾ ਹੈ ਤੇ ਮੇਰਾ ਦਾਵਾ ਹੈ ਜੇ ਸਾਰੇ ਸਵਾਲ ਤੁਸੀਂ ਕਰ ਲਵੋਗੇ ਤੇ ਵੰਡਵੀ ਦੀ ਪੱਕੀ ਤਰ੍ਹਾਂ ਤੁਹਾਡੇ ਪੂਰੀ ਜ਼ਿੰਦਗੀ ਲਈ ਤੁਹਾਡੇ ਦਿਮਾਗ ਵਿੱਚ ਚੰਗੀ ਤਰ੍ਹਾਂ ਬਹਿ ਜਾਏਗੀ ਔਰ ਅੱਗੇ ਹਮੇਸ਼ਾ ਕੰਮ ਆਉਣ ਵਾਲੀ ਚੀਜ਼ ਹੈ ਤੁਹਾਡੇ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ ਉਤਸ਼ਾਹ ਦੇ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ ਫੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ